ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਕੀ ਹਾਲ ਚਾਲ ਜੀ? ਵਧੀਆ, ਸਾਰੇ ਠੀਕ ਠਾਕ। ਅਤੇ ਦੇਖਦੇ ਜੀ, ਪਹਿਲਾਂ ਪਿਛਲੇ 24 ਘੰਟਿਆਂ ਦੀ ਸਿਚੁਏਸ਼ਨ ਅਤੇ ਨਾਲ ਹੀ ਜਿਹੜੀਆਂ 24 ਘੰਟੇ ਦੇ ਵਿੱਚ ਪਿਛਲੇ ਖਾਸ ਅਪਡੇਟਸ ਆ ਜੀ, ਉਹਨਾਂ 'ਤੇ ਨਿਗਾਹ ਮਾਰਾਂਗੇ, ਉਹ ਦੱਸਾਂਗੇ ਤੁਹਾਨੂੰ। ਅਤੇ ਦੇਖਦੇ ਜੀ, ਪਹਿਲਾਂ ਸਿਚੁਏਸ਼ਨ ਕਿੱਦਾਂ ਦੀ ਸਿਚੁਏਸ਼ਨ ਰਹੀ ਹੈ ਇਟਲੀ ਦੀ ਪਿਛਲੇ 24 ਘੰਟਿਆਂ ਦੇ ਵਿੱਚ। ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਥੱਲੇ ਹੀ ਸਬਸਕ੍ਰਾਈਬ ਲਿਖਿਆ ਹੋਇਆ ਇੱਕ ਰੈੱਡ ਜਿਹਾ ਬਟਨ ਹੋਊਗਾ, ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਅਤੇ ਕੋਸ਼ਿਸ਼ ਕਰਾਂਗੇ ਜਿਹੜਾ ਹੁਣ ਵੀਡੀਓ ਦਾ ਟਾਈਮ ਹੋਊਗਾ ਤਾਂ ਉਹ ਸਵੇਰ ਦੇ ਟਾਈਮ ਹੀ ਆਪਾਂ ਜਿਹੜੀ ਵੀਡੀਓ ਪਾਏ ਕਰਾਂਗੇ। ਅਤੇ ਚੱਲਦੇ ਹਾਂ ਜੀ ਅਪਡੇਟ ਦੇ ਵੱਲ। ਅਤੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਇਟਲੀ ਦੀ ਸਿਚੁਏਸ਼ਨ ਅਤੇ ਜਿਹੜੇ ਨਵੇਂ ਕੇਸ ਐਂਟਰ ਹੋਏ ਆ ਜੀ, 17,981 ਨਵੇਂ ਕੇਸ ਐਂਟਰ ਹੋਏ ਆ। ਅਤੇ ਡੈਥ ਦੀ ਗੱਲ ਕਰੀਏ ਆਪਾਂ ਤਾਂ ਜੀ 207 ਬੰਦੇ ਦੀ ਹੋਈ ਆ ਜੀ ਡੈਥ। ਅਤੇ ਓਵਰਆਲ ਹੁਣ ਦੇਖੀਏ ਹੁਣ ਤੱਕ ਤਾਂ ਜਿਹੜੀ ਡੈਥ ਹੋਈ ਆ ਇਟਲੀ ਦੇ ਵਿੱਚ 154,767 ਬੰਦਿਆਂ ਦੀ ਡੈਥ ਹੋ ਚੁੱਕੀ ਆ ਜੀ ਇਟਲੀ ਦੇ ਵਿੱਚ। ਅਤੇ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਠੀਕ ਹੋਏ ਆ ਜੀ, 40,000 ਤੋਂ ਉੱਪਰ ਬੰਦਾ ਠੀਕ ਹੋਇਆ। ਅਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਆਈ ਹਜੇ ਵੀ ਜਿਹੜੀ 10,00,000 ਤੋਂ ਵੱਧ ਹੈਗੀ ਆ, ਪਰ ਕਾਫੀ ਹੱਦ ਤੱਕ ਜਿਹੜੀ ਸਿਚੁਏਸ਼ਨ ਆਈ ਉਹ ਸੰਭਲ ਚੁੱਕੀ ਆਈ, ਹੁਣ ਠੀਕ ਹੋ ਚੁੱਕੀ ਆ। ਅਤੇ 714 ਬੰਦਾ ਜਿਹੜਾ ਕਿ ਸੀਰੀਅਸ ਜਿਹੜੇ ਹੈਗੇ ਆ ਜੀ ਆਈ ਸੀ ਯੂਆਂ ਦੇ ਵਿੱਚ ਆ, ਵੀ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਆਈ ਸੀ ਯੂ ਵਾਰਡ ਦੇ ਵਿੱਚ ਜੀ 714 ਬੰਦਾ। ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਨੈਕਸਟ ਅਪਡੇਟ ਦੇ ਵੱਲ। ਅਤੇ ਨੈਕਸਟ ਅਪਡੇਟ ਹੈਗੀ ਹੈ ਜੀ ਸਟੇਟ ਆਫ ਐਮਰਜੈਂਸੀ, ਜਿਹੜੀ ਕਿ ਪਹਿਲਾਂ ਹੁਣ 31 ਮਾਰਚ ਤੱਕ ਸੀਗੀ, ਤਾਂ ਹੁਣ ਇਹ ਵਧਾ ਕੇ ਹੁਣ ਇਹ ਸਾਲ ਦੇ ਲਾਸਟ ਤੱਕ ਕਰ ਦਿੱਤੀ ਗਈ ਹੈ ਜੀ 31 ਦਸੰਬਰ 2022 ਤੱਕ, ਜਿਹੜੀ ਹੁਣ ਸਟੇਟ ਆਫ ਐਮਰਜੈਂਸੀ ਹੈ ਜੀ ਜਿਹੜੀ ਉਹ ਕਰ ਦਿੱਤੀ ਗਈ ਆ। ਅਤੇ ਜ਼ਿਆਦਾਤਰ ਜੇ ਆਪਾਂ ਸਿਚੁਏਸ਼ਨ ਦੇਖੀਏ ਤਾਂ ਇਹ ਕੋਵਿਡ ਦੇ ਕਰਕੇ ਨਹੀਂ, ਇਹ ਜਿਹੜੇ ਕਿ ਹੁਣ ਇੱਕ ਤਰ੍ਹਾਂ ਦਾ ਹੀ ਯੁੱਧ ਚੱਲ ਰਿਹਾ ਵੀ ਯੂਕਰੇਨ ਅਤੇ ਰੂਸ ਦੇ ਵਿੱਚ, ਉਹਦੇ ਕਰਕੇ ਜਿਹੜੀ ਹੁਣ ਸਟੇਟ ਆਫ ਜਿਹੜੀ ਐਮਰਜੈਂਸੀ ਹੈ ਤਾਂ ਇਹਦੀ ਜਿਹੜੀ ਮਰਿਆਦਾ ਜੀ ਵਧਾਈ ਗਈ ਆ। ਅਤੇ ਬਾਕੀ ਗੈਸ ਔਰ ਬਿਜਲੀ ਦੀ ਵੀ ਆਪਾਂ ਜੀ ਜਿਹੜੀ ਪ੍ਰੋਬਲਮ ਹੁਣ ਆਪਾਂ ਨੂੰ ਫੇਸ ਕਰਨੀ ਪੈ ਸਕਦੀ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਉਹਦੇ ਕਰਕੇ ਵੀ ਜਿਹੜੀ ਡੇਟ ਆਈ ਇਹ ਅੱਗੇ ਕੀਤੀ ਗਈ ਸਰਕਾਰ ਦੇ ਵੱਲੋਂ। ਪਹਿਲਾਂ ਜਿਹੜੀ ਇਹ ਡੇਟ ਸੀਗੀ ਵੀ 31 ਮਾਰਚ ਤੱਕ ਸੀਗੀ, ਅਤੇ ਹੁਣ ਇਹ ਜਿਹੜੀ ਵਧਾ ਕੇ ਆਈ 31 ਦਸੰਬਰ ਤੱਕ ਕਰ ਦਿੱਤੀ ਗਈ ਆ ਜੀ ਸਟੇਟ ਆਫ ਐਮਰਜੈਂਸੀ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਜੀ ਨੈਕਸਟ ਅਪਡੇਟ ਦੇ ਵੱਲ। ਅਤੇ ਪਹਿਲਾਂ ਜਿਵੇਂ ਹੀ ਇਟਲੀ ਅਤੇ ਜਰਮਨ ਦੇ ਵੱਲੋਂ ਕੁਛ ਇੱਦਾਂ ਦੇ ਫੈਸਲੇ ਲਏ ਗਏ ਸੀਗੇ ਵੀ ਜਿਹੜੀਆਂ ਤੁਹਾਨੂੰ ਪਤਾ ਹੀ ਕੁਛ ਦਿਨ ਪਹਿਲਾਂ ਵੀ ਜਿਹੜੀਆਂ ਫਲੈਟਾਂ ਸੀਗੀਆਂ ਹੀ ਰੋਕੀਆਂ ਗਈਆਂ ਸੀਗੀਆਂ ਰੂਸ ਤੋਂ ਆਉਣ ਵਾਲੀਆਂ, ਅਤੇ ਉਹਨਾਂ ਦੇ ਜਿਹੜੇ ਸਮੁੰਦਰੀ ਜਹਾਜ਼ ਆ ਜੀ ਉਹਨਾਂ ਨੂੰ ਵੀ ਜਿਵੇਂ ਜਰਮਨ ਦੇ ਵੱਲੋਂ ਵੀ ਜਿਵੇਂ ਪਰਮਿਸ਼ਨ ਨੀਤੀ ਦਿੱਤੀਆਂ ਗਈਆਂ। ਅਤੇ ਇੱਦਾਂ ਹੀ ਜਿਹੜੀ ਹੁਣ ਅਪਡੇਟ ਆਈ ਉਹ ਯੂਕੇ ਦੇ ਵੱਲੋਂ ਵੀ ਆ ਰਹੀ ਆ, ਅਤੇ ਉੱਥੇ ਵੀ ਜਿਹੜੇ ਸਮੁੰਦਰੀ ਜਹਾਜ਼ ਆ ਜੀ ਜਿਹੜੇ ਰੂਸ ਤੋਂ ਆ ਰਹੇ ਸੀਗੇ ਤਾਂ ਉਹ ਸਾਰੇ ਵੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ, ਹੁਣ ਵੀ ਰੋਕ ਦਿੱਤੇ ਗਏ ਜੀ ਜਿਹੜੇ ਰੂਸ ਤੋਂ ਸ਼ਿਪ ਆਉਣੇ ਵਾਲੇ ਸੀਗੇ ਤਾਂ ਰੋਕ ਦਿੱਤੇ ਗਏ। ਅਤੇ ਹੁਣ ਰੂਸ ਤੋਂ ਵੀ ਇੱਕ ਵੱਡਾ ਅਪਡੇਟ ਕਹਿ ਸਕਦੇ ਹਾਂ ਜੀ ਆਪਾਂ, ਸਾਰੇ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਅਤੇ ਯੂਰਪ ਤੋਂ ਇਲਾਵਾ ਜੀ USA ਅਤੇ ਕੈਨੇਡਾ ਵੀ ਆ ਜਾਂਦੀ ਹੈ ਯੂਰਪ ਜਿਵੇਂ ਕਿ ਜਿਹੜੀਆਂ ਹੁਣ ਜਿਹੜੀਆਂ ਫਲੈਟਾਂ ਜੀ ਜਿਹੜੀਆਂ ਹੁਣ ਮੰਨੋ ਤੁਸੀਂ ਆਪਣੇ ਇੰਡੀਆ ਵੱਲ ਤੋਂ ਵੀ ਜਿਹੜੀਆਂ ਯੂਰਪ ਦੀਆਂ ਜਿਹੜੀਆਂ ਫਲੈਟਾਂ ਵੀ ਯੂਰਪ ਦੀਆਂ ਜਿਹੜੀਆਂ ਏਅਰਲਾਈਨਾਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਪੁਰਤਗਾਲ ਇਟਲੀ ਅਤੇ ਫਰਾਂਸ ਜਰਮਨ ਵਗੈਰਾ ਜੀ ਸਾਰੀਆਂ ਕੰਟਰੀਆਂ। ਅਤੇ ਇਹ ਤੋਂ ਇਲਾਵਾ ਜਿਹੜੀਆਂ ਨਾਟੋ ਦੀਆਂ ਜਿਹੜੀਆਂ ਕੰਟਰੀਆਂ ਜੀ ਉਹ ਵੀ ਉਹਨਾਂ ਦੇ ਲਈ ਵੀ ਜਿਹੜੀ ਰੂਸ ਦੇ ਵੱਲੋਂ ਹੁਣ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀ ਵੀ ਜਿਹੜੇ ਜਹਾਜ਼ ਰੂਸ ਦੇ ਉੱਤੇ ਦੀ ਲੰਘਦੇ ਆ ਜੀ ਉਹ ਰੂਸ ਦੇ ਉੱਪਰ ਨੂੰ ਲੰਘ ਨਹੀਂ ਸਕਦੇ, ਵੀ ਜਿਵੇਂ ਆਪਣੀਆਂ ਗੱਡੀਆਂ ਦੀਆਂ ਸੜਕਾਂ ਹੁੰਦੀਆਂ ਜੀ ਇੱਦਾਂ ਹੀ ਜਿਹੜੀਆਂ ਜਹਾਜ਼ਾਂ ਦੀਆਂ ਵੀ ਇੱਕ ਤਰ੍ਹਾਂ ਦੀਆਂ ਪਲੇਟਫਾਰਮ ਬਣੀਆਂ ਹੁੰਦੀਆਂ ਸੜਕਾਂ ਹੁੰਦੀਆਂ ਜੀ ਉਹ ਵੀ ਜਹਾਜ਼ ਨੇ ਉਹੀ ਜਿਵੇਂ ਪਲੇਟਫਾਰਮ ਉਹੀ ਸੜਕ ਨੂੰ ਜਾਣਾ, ਤਾਂ ਹੁਣ ਉਹ ਰੂਸ ਦੇ ਉੱਤੇ ਨੂੰ ਜਿਹੜਾ ਆਪਣਾ ਪਲੇਨ ਆਈ ਉਹ ਲੈ ਕੇ ਨਹੀਂ ਜਾ ਸਕਦੇ, ਉਹਨਾਂ ਦੀ ਜਿਹੜੀ ਪਰਮਿਸ਼ਨ ਆਈ ਉਹ ਦਿੱਤੀ ਨਹੀਂ ਗਈ ਹੈਗੀ। UK ਵੀ ਵਿੱਚ ਆ ਜਾਂਦਾ ਵੀ ਹੁਣ ਉਹ ਰੂਸ ਦੇ ਉੱਤੇ ਨੂੰ ਜਿਹੜਾ ਆਪਣਾ ਜਹਾਜ਼ ਆਈ
ਉਹ ਲੈ ਕੇ ਨਹੀਂ ਜਾ ਸਕਦੇ ਜਦੋਂ ਤੱਕ ਜਿਹੜੀ ਇਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਹੈਗੀ। ਅਤੇ ਯੂਰਪ ਦੇ ਵੱਲੋਂ ਜਿਹੜੀ ਇੱਦਾਂ ਰੋਕੇ ਗਏ, ਉਹਨਾਂ ਦੇ ਜਿਹੜੇ ਸ਼ਿਪ ਰੋਕੇ ਗਏ ਜਾਂ ਫਲੈਟਾਂ ਰੋਕੀਆਂ ਗਈਆਂ, ਅਤੇ ਉਹਦੇ ਕਰਕੇ ਵੀ ਰੂਸ ਨੇ ਵੀ ਇਹ ਇੱਕ ਵੱਡਾ ਕਦਮ ਲਿਆ। ਜਿਹੜੀਆਂ ਤਕਰੀਬਨ 36 ਕੰਟਰੀਆਂ ਦੱਸੀਆਂ ਜਾ ਰਹੀਆਂ ਜੀ, ਜਿਹੜੀਆਂ 36 ਕੰਟਰੀਆਂ ਦੇ ਜਿਹੜੇ ਪਲੇਨ ਆ ਜੀ ਉਹ ਰੋਕ ਦਿੱਤੇ ਗਏ ਆ, ਵੀ ਹੁਣ ਉਹ ਰੂਸ ਦੇ ਉੱਤੇ ਨੂੰ ਲੰਘ ਨਹੀਂ ਸਕਦੇ। ਵੀ ਰੂਸ ਤੋਂ ਇੱਕ ਵੱਡਾ ਜਿਵੇਂ ਹੁਣ ਸਫ਼ਰ, ਫਿਰ ਉਹਨਾਂ ਨੂੰ ਜਿਵੇਂ ਹੀ ਲੌਂਗ ਸਫ਼ਰ ਤੈਅ ਕਰਕੇ ਜਾਣਾ ਪਏ ਕਰਨਾ, ਵੀ ਰੂਸ ਦੇ ਉੱਤੇ ਤਾਂ ਨਹੀਂ ਉਹ ਲੰਘ ਸਕਦੇ ਜਿਹੜੀਆਂ ਕਿ ਇਹ 36 ਕੰਟਰੀਆਂ। ਤਾਂ 36 ਕੰਟਰੀਆਂ ਜਿਹੜੀਆਂ ਜੀ ਹੁਣ ਵੀ ਉਹਨਾਂ ਨੇ ਬੈਨ ਕਰਤੀਆਂ, ਵੀ ਉਹ ਉਹਨਾਂ ਦੇ ਜਿਹੜੇ ਜਹਾਜ਼ ਆ ਜੀ ਪਲੇਨ ਆ ਉਹ ਰੂਸ ਦੇ ਉੱਤੇ ਤੋਂ ਨਹੀਂ ਲੰਘ ਸਕਦੇ। ਇੱਕ ਹੋਰ ਜਿਵੇਂ ਆਪਣਾ ਗੇਟ ਪਾ ਕੇ ਕਰੋਸਿੰਗ ਕਰ ਸਕਦੇ ਹਾਂ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਨੈਕਸਟ ਜਿਹੜੀ ਅਪਡੇਟ ਆਈ ਉਹਦੇ ਵੱਲ। ਅਤੇ ਜ਼ਿਆਦਾਤਰ ਪੇਪਰਾਂ ਬਾਰੇ ਵੀ ਹੁਣ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਆ ਜੀ, ਵੀ ਪੇਪਰਾਂ ਦਾ ਕਿਆ ਬਣਿਆ ਜੀ, ਪੇਪਰ ਨਿਕਲ ਰਹੇ ਆ। ਦੇਖੋ ਜੀ ਹਜੇ ਕੋਈ ਵੀ ਜਿਹੜੀ ਅਪਡੇਟ ਆਈ, ਹਜੇ ਪੇਪਰਾਂ ਦੀ ਕੋਈ ਵੀ ਅਪਡੇਟ ਨਹੀਂ ਆਈ ਹੈਗੀ। ਜਿਹੜੇ ਪੇਪਰ ਭਰੇ ਹੀ ਹੋਏ ਆ ਜੀ ਹਜੇ ਆਪਾਂ ਨੂੰ ਵੇਟ ਕਰਨੀ ਪੈਣੀ ਆ। ਜਦੋਂ ਵੀ ਪੇਪਰ ਨਿਕਲਣਗੇ ਹਜੇ ਤੁਸੀਂ ਰੱਖ ਕੇ ਚਲੋ, ਹਜੇ ਜਿਹੜੇ ਤੁਹਾਡੇ ਪੇਪਰ ਭਰ ਹੋਏ ਆ ਤਕਰੀਬਨ ਜ਼ਿਆਦਾਤਰ 6 ਮਹੀਨੇ ਤੋਂ 1 ਸਾਲ ਦੇ ਵਿੱਚ 6 ਮਹੀਨੇ ਤਾਂ ਲਗਭਗ ਹੀ ਹਜੇ ਵੇਟ ਕਰਨੀ ਪੈ ਸਕਦੀ ਹੈ। ਜਿਨ੍ਹਾਂ ਵੀਰਾਂ ਦੀ ਜ਼ਿਆਦਾ ਹੀ ਕਿਸਮਤ ਤੇਜ਼ ਹੋਈ ਉਹਨਾਂ ਦੇ ਨਿਕਲ ਸਕਦੇ ਆ ਜੀ ਪੇਪਰ। ਬਾਕੀ ਜਿੱਦਾਂ ਦੀ ਹੁਣ ਸਿਚੁਏਸ਼ਨ ਬਣੀ ਹੋਈ ਆ ਜੀ ਹਜੇ ਤਾਂ ਲੱਗ ਨਹੀਂ ਰਿਹਾ ਵੀ ਇੱਦਾਂ ਦੀ ਵੀ ਇੰਨੀ ਛੇਤੀ ਜਿਹੜੇ ਪੇਪਰ ਆ ਜੀ ਉਹ ਨਿਕਲ ਜਾਣਗੇ, ਕਿਉਂਕਿ ਜਿਹੜਾ ਹੁਣ ਇਹ ਜੰਗ ਚੱਲ ਰਹੀ ਆ ਜੀ ਰੂਸ ਅਤੇ ਯੂਕਰੇਨ ਦੇ ਵਿੱਚ, ਤਾਂ ਉਹਦੇ ਨਾਲ ਕੰਮਾਂ ਕਾਰਾਂ 'ਤੇ ਵੀ ਕਾਫੀ ਜ਼ਿਆਦਾ ਫਰਕ ਪੈ ਰਿਹਾ ਜੀ। ਕੰਮ ਕਾਰ ਜਿਵੇਂ ਕਿ ਟਰਾਂਸਪੋਰਟ ਵਗੈਰਾ ਸਾਰੇ ਕਾਸੇ 'ਤੇ ਜਿਹੜਾ ਫਰਕ ਆ ਜੀ ਇਹ ਪੈਣਾ, ਵੀ ਜੇ ਇਹ ਨਾ ਜਿਹੜੀ ਜੰਗ ਛੇਤੀ ਖਤਮ ਹੋਈ। ਅਤੇ ਮੀਟਿੰਗਾਂ ਹੋ ਰਹੀਆਂ ਜੀ, ਇਹੀ ਜੀ ਗੱਲ ਨਹੀਂ ਹੈਗੀ ਵੀ ਜਿਹੜੀਆਂ ਹੁਣ ਰੂਸ, ਕੱਲ੍ਹ ਵੀ ਮੀਟਿੰਗ ਹੋ ਕੇ ਹਟੀ ਆ ਵੀ ਰੂਸ ਅਤੇ ਯੂਕਰੇਨ ਦੇ ਜਿਹੜੇ ਮੰਤਰੀ ਆ ਜੀ ਉਹਨਾਂ ਦੀ ਆਪਸ ਦੇ ਵਿੱਚ, ਅਤੇ ਨਾਲ ਹੀ ਜਿਹੜੀਆਂ ਹੋਰ ਕੰਟਰੀਆਂ ਯੂਰਪ ਦੀਆਂ ਕੁਛ ਕੰਟਰੀਆਂ ਜੀ ਸਮਝੌਤਾ ਕਰਾ ਰਹੀਆਂ, ਪਰ ਕੋਈ ਜਿਹੜਾ ਤੱਤ ਸਾਹਮਣੇ ਨਹੀਂ ਆਇਆ ਹੈਗਾ ਜੀ ਨਿਕਲਿਆ, ਹਜੇ ਵੀ ਹਜੇ ਸੋਲਵ ਨਹੀਂ ਹੋਇਆ ਹੈਗਾ। ਅਤੇ ਉਹਨਾਂ ਦਾ ਜਿਵੇਂ ਕਹਿਣਾ ਹੈ ਕਿ ਜਿਹੜੀ ਤੁਸੀਂ ਸਾਡੀ ਆਮ ਜਨਤਾ ਹੈ ਜਿਹੜੀ ਵੀ ਯੂਕਰੇਨ ਵਾਲਿਆਂ ਦਾ, ਵੀ ਤੁਸੀਂ ਉਹਨਾਂ 'ਤੇ ਅਟੈਕ ਕਰ ਰਹੇ ਹਾਂ, ਵੀ ਉਹਨਾਂ 'ਤੇ ਜਿਹੜਾ ਅਟੈਕ ਆ ਜੀ ਵੀ ਉਹ ਨਾ ਕਰੋ। ਅਤੇ ਰੂਸ ਦਾ ਵੀ ਹੁਣ ਇਹੀ ਕਹਿਣਾ ਕਿ ਜਿਹੜੀ ਤੁਹਾਡੀ ਆਮ ਨਾਗਰਿਕ ਆ ਤਾਂ ਵੀ ਉਹਨਾਂ 'ਤੇ ਅਸੀਂ ਨਹੀਂ ਅਟੈਕ ਕਰੋਂਗੇ, ਵੀ ਤੁਹਾਡੀ ਆਰਮੀ ਦੇ ਨਾਲ ਲੜਾਈ ਆ ਤਾਂ ਉੱਥੇ ਤੱਕ ਸੀਮਤ ਰੱਖੋ। ਅਤੇ ਇੱਦਾਂ ਦੀਆਂ ਵੀਡੀਓ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਜੀ ਟਿਕਟੋਕ 'ਤੇ, ਵੀ ਜਿਹੜੇ ਟੈਂਕ ਵਗੈਰਾ ਤਾਂ ਉਹ ਆਮ ਜਿਹੜੀਆਂ ਗੱਡੀਆਂ ਸੜਕਾਂ 'ਤੇ ਜਾ ਰਹੀਆਂ ਤਾਂ ਉਹਨਾਂ ਦੇ ਉੱਤੇ ਚੜ੍ਹਾਉਂਦੇ ਆ। ਅਤੇ ਦੇਖੋ ਜੀ ਹਜੇ ਤੱਕ ਕੋਈ ਵੀ ਜਿਹੜਾ ਫੈਸਲਾ ਨਹੀਂ ਹੋ ਰਿਹਾ। ਅਤੇ ਜ਼ਿਆਦਾਤਰ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਜੀ ਪਰਮਾਣੂ ਬੰਬ, ਜਿਹੜਾ ਕਿ ਨਿਊਕਲੀਅਰ ਬੰਬ ਕਹਿੰਦੇ ਹਾਂ ਜੀ ਆਪਾਂ, ਵੀ ਉਹ ਕਾਫੀ ਜ਼ਿਆਦਾ ਖਤਰਨਾਕ ਆ। ਜਿਹੜੀਆਂ ਲਾਗ ਪਾਸ ਕੰਟਰੀਆਂ ਤਾਂ ਉਹਨਾਂ 'ਤੇ ਵੀ ਇਫੈਕਟ ਹੋ ਸਕਦਾ ਉਹ ਚੀਜ਼ ਦਾ। ਅਤੇ ਰੱਬ ਕਰੇ ਜੀ ਸਭ ਕੁਛ ਜਿਹੜੀ ਸਿਚੁਏਸ਼ਨ ਆ ਜੀ ਉਹ ਠੀਕ ਹੋ ਜਾਵੇ। ਅਤੇ ਚੱਲਦੇ ਹਾਂ ਜੀ ਹੁਣ ਨੈਕਸਟ ਅਪਡੇਟ ਦੇ ਵੱਲ। ਅਤੇ ਨੈਕਸਟ ਅਪਡੇਟ ਹੈਗੀ ਹੈ ਜੀ ਵੀ ਜਿਵੇਂ ਹੁਣ ਜਨਵਰੀ ਦੇ 2022 ਜਨਵਰੀ ਦੇ ਪਹਿਲੇ ਮਹੀਨੇ ਤੋਂ ਦੱਸਿਆ ਗਿਆ ਸੀਗਾ ਜੀ ਵੀ ਜਿਹੜੀ ਲਿਮਿਟ ਆਈ ਉਹ 1000 ਕਰ ਦਿੱਤੀ ਗਈ ਆ। ਅਤੇ ਉਸ ਤੋਂ ਬਾਅਦ ਜਿਹੜੀ 1000 ਲਿਮਿਟ ਕੀਤੀ ਗਈ ਸੀਗੀ ਵੀ ਆਪਾਂ 1000 ਤੱਕ ਕਢਾ ਸਕਦੇ ਹਾਂ ਜੀ ਕੈਸ਼ ਦੇ ਵਿੱਚ, ਤਾਂ ਉਹ ਰੱਦ ਕਰ ਦਿੱਤੀ ਗਈ ਸੀਗੀ। ਵੀ ਹੁਣ ਜਿਹੜੀ ਲਿਮਿਟ ਆਈ ਉਹ ਮੁੜ ਕੇ ਫਿਰ 2000 ਹੋ ਚੁੱਕੀ ਆ। ਤੁਸੀਂ ਜਿਹੜਾ ਆਪਣਾ ਕੈਸ਼ ਕਢਾਉਣਾ ਜੀ ਬੈਂਕ ਦੇ ਵਿੱਚੋਂ ਉਹ 2000 ਤੱਕ ਕਢਾ ਸਕਦੇ ਆ। ਕਾਫੀ ਜ਼ਿਆਦਾ ਜਿਹੜੇ ਵੀਰਾਂ ਨੂੰ ਪਤਾ ਨਹੀਂ ਸੀਗਾ ਜੀ, ਉਹ ਪੁੱਛ ਰਹੇ ਸੀਗੇ ਵੀ ਜਿਹੜਾ ਸਾਡਾ ਕੈਸ਼ ਆ ਜੀ ਉਹ 2000 ਨਿਕਲਦਾ। ਦੇਖੋ ਜੀ ਹਾਂ ਉਹ 2000 ਜਿਹੜਾ ਤੁਹਾਡਾ ਕੈਸ਼ ਆ ਜੀ ਉਹ ਨਿਕਲੂਗਾ। 1000 ਵਾਲੀ ਜਿਹੜੀ ਪਹਿਲਾਂ ਪਾਬੰਦੀ ਸੀਗੀ ਉਹ ਖਤਮ ਕਰ ਦਿੱਤੀ ਗਈ ਹੈ ਜੀ, ਮੁੜ ਕੇ ਜਿਹੜੀਆਂ ਲਿਮਿਟਾਂ ਜੀ ਉਹ ਵਧਾ ਦਿੱਤੀਆਂ ਗਈਆਂ। ਇਹ 2000 ਦੀ ਲਿਮਿਟ ਹੁਣ ਕਰ ਦਿੱਤੀ ਗਈ ਹੈ ਜੀ ਮੁੜ ਕੇ ਦੁਬਾਰਾ 1 ਜਨਵਰੀ 2023 ਤੱਕ 1 ਸਾਲ ਦੇ ਲਈ ਇਹਨਾਂ ਨੇ ਫਿਰ ਮੁੜ ਕੇ ਵਧਾ ਤੀ। ਅਤੇ ਜਿਹੜੀ 1000 ਵਾਲੀ ਸੀਗੀ ਤਾਂ ਜੀ ਉਹ ਖਤਮ ਕਰਤੀ, ਵੀ 1000 ਵਾਲੀ
भी फिट नहीं बैठी एक तरह की, तो मुड़ के 2000 वाली हूँ फेर कर जी हूँ लिमिट आई वह 2000 तक तुसी कढ़ा सकते हैं, कोई टेंशन वाली गल नहीं हैगी। 2000 तो उपर थोनू दसना पैना जी भी तुसी किहड़ी वजह तो जिवें इन्ने ज़्यादा कढ़ा रहे हैं, क्योंकि वह फिर थोनू कैश जे तुसी ज़्यादा कढ़ाउणा तां फिर थोनू बैंक दे विच ही जाके लेना पैना, बैंकोमाट नहीं वजना हैगा। 2000 तक जिहड़े बैंक है जी भी जिवें उनी क्रेडिट होया तां उह कढ़ दिंदे आ, ते 2000 तो वध मतीवो देना पै सकदा जी थोनू। ते ठीक है जी, अज दी अपडेट इन्नी क सीगी, ते मिलदे आ आपां थोनू नैक्सट वीडियो दे विच अगली अपडेट दे नाल।